ਦਸਮ ਪਾਤਸ਼ਾਹੀ ਦੀ ਜੋਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦੀ ਚਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਵਿੱਚੋਂ ਸਾਹਿਬਜ਼ਾਦੇ 40 ਮੂਰਤੀਆਂ ਅੱਠਵੀਂ ਦਸਵੀਂ ਟੁੱਟੀਆਂ ਜਿਹੜਾ ਨਾਮ ਜਪਿਆ ਅੰਮ੍ਰਿਤ ਛਕਿਆ ਦੇਵ ਚਲਾਈ ਕੇ ਗੁਰਾਈ ਦੇਵਤਿਆਂ ਦਾ ਤੁਸੀਂ ਸਾਸ ਮੁਸਤੀਆਂ ਸੋਹਣੀਆਂ ਘਟਾਉਂਦੀਆਂ ਨੀ ਕਮਾਈ ਦਾ ਧਿਆਨ ਕਰਕੇ ਪਾਤਸ਼ਾਹੀ ਬੋਲੋ ਜੀ ਵਾਹਿਗੁਰੂ। ਪੰਜਾਂ ਭਗਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਸਰਬੱਤ ਖਾਲਸਾ ਜੀ ਦੀ ਅਰਦਾਸ ਹੈ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਚੇਤਾ ਕਾ ਸਤਿਕਾਰ ਸਰਬ ਸੋਖੋ ਹੋਏ। ਜਹਾਂ ਜਹਾਂ ਖਾਲਸੇ ਸਾਹਿਬ ਤਹਾਂ ਦਾ ਰਚਿਆ ਰਿਹਾ ਜੀ ਸਿੰਘ ਦੇ ਬਰਸੀ ਪੈ ਚੰਸਕੀ ਜੀ ਸ੍ਰੀ ਸਾਹਿਬ ਸਹਾਇ ਖਾਲਸੇ ਜੀ ਕੇ ਮੂਲ ਵਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੀਰਤਨ ਰਹਿਤ ਦਾਨ ਗਰੀਬ ਦਾਨ ਸਾਹ ਦਾਨ ਭੋਸਾ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੰਕੀਆਂ ਚੰਡਾ ਗੂੰਗੇ ਜਗਾ ਜਗਾ ਕਾਲ ਧਰਮਿਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਮਸਤੀ ਮਤ ਰਾਖਾ ਵਾਹਿਗੁਰੂ ਕਾਲ ਪੁਰਖਾ ਪੰਥ ਦੇ ਸਦਾ ਸਾਹਿਬ ਸਾਰ ਜੀ ਸ੍ਰੀ ਮਨਕਾਣਾ ਸਾਹਿਬ ਗੁਰੂ ਗੁਰਦੁਆਰਾ ਗੁਰਧਾਮਾਂ ਜਿਨ੍ਹਾਂ ਕੋ ਪੰਥਾਂ ਤੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਸ ਸੁਭਾਅ ਦਾ ਦਾਨ ਖਾਲਸਾ ਜੀ ਨੇ ਬਖਸ਼ੋ ਹੇਰ ਮਾੜਿਆਂ ਦੇ ਮਾਣ ਨੇ ਤਾਣਿਆਂ ਦੀ ਤਾਂ ਲੁਕਿਆਂ ਦੀ ਓਟ ਧੰਨ ਧੰਨ ਮੀਰੀ ਪੀਰੀ ਦੇ ਮਾਲ ਪਲੰਬੀ ਕੋਲਕਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪੁੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋੜੀ ਹੈ ਸੁਣੀ ਉਤਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਏ ਪਟਾਇਆ ਐਸੇ ਦੀਨ ਦਿਆਲ ਸਤਿਗੁਰੂ ਜਗ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕਰਕੇ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਗਰਨਾ ਸਾਹਿਬ ਜੀ ਤੋਂ ਪਾਤਸ਼ਾਹ ਜੀ ਔਰ ਮਹਾਨ ਨਗਰ ਕੀਰਤਨ ਆਰੰਭ ਹੋਣ ਲੱਗਾ ਹੈ। ਸਤਿਗੁਰੂ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਪਾਰ ਬਖਸ਼ ਹੋਈ ਹੈ ਪੰਜਾਂ ਪਿਆਰਿਆਂ ਦੀ ਗਵਾਹੀ ਹੇਠ ਆਪ ਜੀ ਦੀ ਸ਼ਤਰਸ਼ਾਹ ਹੇਠ ਪਾਤਸ਼ਾਹ ਜੀ ਇਹ ਨਗਰ ਕੀਰਤਨ ਆਰੰਭ ਹੋਣ ਲੱਗਾ। ਆਪ ਕਿਰਪਾ ਕਰੋ ਨਗਰ ਕੀਰਤਨ ਨੂੰ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਵਿੱਚ ਵੱਧ ਕਰਕੇ ਸਹਾਇਕ ਹੋਣਾ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਬੁਲ ਟਾਂਸਵਾ ਆਪਣੇ ਦਰ ਉੱਤੇ ਪ੍ਰਵਾਨ ਕਰਨੀਆਂ ਦਰਬ ਕਰੋ ਸਿੱਖੀ ਸੁਧਿਕ ਭਰੋਸਾ ਨਾਮ ਦਾਨ ਬਖਸ਼ਣਾ ਸੰਗਤਾਂ ਹਾਜ਼ਰੇ ਨੇ ਚਾਲੇ ਪਾਉਣ ਦੀ ਆਗਿਆ ਬਖਸ਼ੋ ਸੁਖ ਹੋਏ ਨਾਮ ਕਿਤਾ ਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Oh.